ਤੁਸੀਂ ਦੇਖ ਰਹੇ ਹੋ ਜੀ ਅੰਬੇਡਕਰ ਮਿਸ਼ਨ ਨਿਊਜ਼ ਚੈਨਲ। ਨਗਰ ਕੌਂਸਲ ਚੋਣਾਂ ਨੂੰ ਲੈ ਕੇ ਕਾਂਗਰਸੀ ਉਮੀਦਵਾਰਾਂ ਵੱਲੋਂ ਦਫ਼ਤਰ ਖੋਲ੍ਹਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸੇ ਤਹਿਤ ਸਮਰਾਲਾ ਤੋਂ ਕਾਂਗਰਸ ਦੇ ਉਮੀਦਵਾਰ ਸੇਵਾ ਸਿੰਘ ਦੇ ਦਫ਼ਤਰ ਦਾ ਉਦਘਾਟਨ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਵੱਲੋਂ ਕੀਤਾ ਗਿਆ ਅਤੇ ਉਹਨਾਂ ਨੇ ਆਖਿਆ ਕਿ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਕਾਂਗਰਸ ਸਾਰੀਆਂ ਦੀਆਂ ਸਾਰੀਆਂ ਸੀਟਾਂ 'ਤੇ ਜਿੱਤ ਹਾਸਲ ਕਰੇਗੀ। ਜਿੱਤਣ ਉਪਰੰਤ ਸ਼ਹਿਰ ਵਿੱਚ ਰਿਕਾਰਡ ਤੌਰ ਵਿਕਾਸ ਕੀਤੇ ਜਾਣਗੇ। ਇਸ ਮੌਕੇ ਯੂਥ ਕਾਂਗਰਸੀ ਆਗੂ ਕਰਨਵੀਰ ਸਿੰਘ ਢਿੱਲੋਂ, ਜਸਵੀਰ ਸਿੰਘ ਢਿੱਲੋਂ, ਸੁਖਵੀਰ ਪੱਪੀ ਨੇ ਵਰਕਰਾਂ ਨੂੰ ਸੰਬੋਧਨ ਕੀਤਾ। ਸਮਰਾਲਾ ਤੋਂ ਲਖਵਿੰਦਰ ਸਿੰਘ ਅਤਰੀ ਦੀ ਰਿਪੋਰਟ। ਪੰਜਾਬ ਦੀ ਹਰ ਖਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਹਾਂਜੀ, MLA ਸਾਹਿਬ, ਅੱਜ ਤੁਸੀਂ 15 ਨੰਬਰ ਵਾਰਡ ਦਾ ਉਦਘਾਟਨ ਕਰਨ ਆਏ ਹੋ, ਇਹਦੇ ਬਾਰੇ ਦੱਸੋਗੇ? ਕਾਂਗਰਸ ਪਾਰਟੀ ਵੱਲੋਂ 15 ਨੰਬਰ ਵਾਰਡ ਦੇ ਵਿੱਚ ਸੇਵਾ ਸਿੰਘ ਉਹਨੂੰ ਕੈਂਡੀਡੇਟ ਡਿਕਲੇਅਰ ਕੀਤਾ। ਅੱਜ ਉਹਨਾਂ ਦੇ ਦਫ਼ਤਰ ਦਾ ਉਦਘਾਟਨ ਡਾਕਟਰ ਸਾਹਿਬ ਅਤੇ ਉਹਨਾਂ ਦੇ ਤਾਇਆ ਜੀ ਸਿਆਣੇ ਬਜ਼ੁਰਗਾਂ ਤੋਂ ਕਰਾਇਆ। ਔਰ ਮੈਂ ਸਾਰੇ ਲੋਕਾਂ ਨੂੰ ਅਪੀਲ ਇਹੀ ਕਰਦਾ ਕਿ ਆਪਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਹੈ ਉਹਨੂੰ ਜਿਧਾ ਕੇ ਮਿਊਂਸਪਲ ਕਮੇਟੀ ਦੇ ਵਿੱਚ ਭੇਜੀਏ ਤਾਂ ਜੋ ਮਿਊਂਸਪਲ ਕਮੇਟੀ ਦੇ ਮਤਲਬ ਜਿਹੜੇ ਕੰਮ ਨੇ ਹੋਣੇ ਵਾਲੇ ਉਹ ਆਪਾਂ ਪਹਿਲ ਦੇ ਆਧਾਰ 'ਤੇ ਕਰਾ ਸਕੀਏ, ਕਿਉਂਕਿ ਇਹ ਜਿਹੜੀ ਬਸਤੀ ਹੈ ਬਹੁਤ ਪੁਰਾਣੀ ਬਸਤੀ ਹੈ। ਇਹ ਪਹਿਲਾਂ ਮਤਲਬ ਸ਼ਾਮਗੜ੍ਹ ਦੇ ਵਿੱਚ ਸੀਗੀ, ਹੁਣ ਇਹ ਬਾੜ ਸਮਰਾਲੇ ਦੇ ਵਿੱਚ ਆ ਗਿਆ। ਇੱਥੇ ਸੀਵਰੇਜ ਦਾ ਵੀ ਹੈ ਕੰਮ, ਪ੍ਰੋਬਲਮ ਪਾਣੀ ਦੀ ਪ੍ਰੋਬਲਮ ਹੈ, ਧਰਮਸ਼ਾਲਾ, ਹੋਰ ਮਤਲਬ ਜਾਂ ਕਮਿਊਨਿਟੀ ਸੈਂਟਰ, ਜੋ ਜੋ ਇਹਨਾਂ ਦੀ ਡਿਮਾਂਡ ਹੈ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਅਸੀਂ ਮਿਊਂਸਪਲ ਕਮੇਟੀ ਬਣਦੀ ਸਾਰੇ ਪਹਿਲ ਦੇ ਆਧਾਰ 'ਤੇ ਕਰਾਂਗੇ। ਔਰ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਦਾ ਕਿ 14 ਤਰੀਕ ਨੂੰ ਹੱਥ ਪੰਜੇ ਦਾ ਬਟਨ ਦਬਾ ਕੇ ਸੇਵਾ ਸਿੰਘ ਨੂੰ ਮਤਲਬ ਜਿਤਾਓ। ਤੁਹਾਡਾ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਸੇਵਾ ਸਿੰਘ, ਮੈਂ ਵਾਰਡ 15 ਤੋਂ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਹੱਥ ਪੰਜੇ 'ਤੇ ਚੋਣ ਲੜ ਰਿਹਾ। ਮੈਂ ਆਪਣੇ ਵਾਰਡ ਦੇ ਸਾਰੇ ਵੋਟਰਾਂ ਨੂੰ ਹੱਥ ਬੰਨ ਕੇ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਵੋਟਾਂ ਮੈਨੂੰ ਪਾ ਕੇ ਕਮੇਟੀ 'ਚ ਭੇਜੋ, ਮੇਰੇ ਵਾਰਡ ਦੇ ਜਿੰਨੇ ਵੀ ਅਧੂਰੇ ਕੰਮ ਪਏ ਨੇ, ਕਿਉਂਕਿ ਮੇਰਾ ਪਰਿਵਾਰ ਆ ਜਿਹੜਾ ਮੇਰਾ ਵਾਰਡ ਆ, ਮੈਂ ਇੱਥੇ ਰਹਿੰਦਾ ਹਾਂ ਔਰ ਇੱਥੋਂ ਦੇ ਮਸਲੇ ਸਾਰੇ ਮੈਨੂੰ ਪਤਾ ਨੇ। ਇਹ ਮਸਲੇ ਮੈਂ ਪਹਿਲ ਦੇ ਆਧਾਰ 'ਤੇ ਹੱਲ ਕਰੂੰਗਾ ਔਰ ਖਾਸ ਤੌਰ 'ਤੇ ਮੈਂ ਸਰਦਾਰ ਅਮਰੀਕ ਸਿੰਘ ਢਿੱਲੋਂ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਵਾਰਡ 15 ਦਾ ਕੈਂਡੀਡੇਟ ਬਣਾਉਣ ਦੀ ਕਰੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ। ਇਹਨਾਂ ਨੇ ਕੁਛ ਨਹੀਂ ਕੀਤਾ, ਨਾ ਡੱਕਾ ਤੋੜਿਆ ਨਾ ਕੰਮ ਕੀਤਾ। 2017 ਤੋਂ ਲੈ ਕੇ ਹੁਣ ਤੱਕ ਜਿੰਨਾ ਕਮੇਟੀ ਦਾ ਕੰਮ ਹੋਇਆ ਹੈ ਔਰ ਕਮੇਟੀ ਭੰਗ ਹੋਣ ਤੋਂ ਬਾਅਦ 4.5 ਕਰੋੜ ਰੁਪਈਆ ਫੇਰ ਆ ਗਿਆ ਸੀ, ਉਹ ਵੀ ਸਿਲਵਾਤਾ। ਆਪਣੇ ਸ਼ਹਿਰ ਦੀਆਂ ਜਿਹੜੀਆਂ ਇੱਧਰਲੇ ਪਾਸੇ ਤਾਰਾਂ ਦੀ ਮੰਗ ਸੀ ਉਹ ਕੁਛ ਹਿੱਸਾ ਰਹਿ ਗਿਆ, ਇਹ ਉਹ ਵੀ ਆਪਾਂ ਕਰਾਂਗੇ ਪੂਰਾ। ਚਾਹੇ ਨਾਲੀਆਂ ਦਾ ਕੰਮ ਸੀ, ਚਾਹੇ ਆ ਪਾਈਪਾਂ ਪਾਉਣ ਦਾ ਕੰਮ ਸੀ, ਇੱਕ ਇੱਕ ਕਰਕੇ ਕੰਮ ਨੂੰ ਫੜਦੇ ਗਏ ਹਾਂ, ਇੱਕ ਇੱਕ ਕੰਮ ਨੂੰ ਆਪਾਂ ਸਿਰੇ ਚਾੜਦੇ ਗਏ ਹਾਂ। 10 ਸਾਲ ਅਕਾਲੀ ਦਲ ਦਾ ਰਾਜ ਰਿਹਾ, ਕੋਈ ਸੜਕ ਨਹੀਂ ਬਣਾਈ, ਕੋਈ ਲਿੰਕ ਸੜਕ ਪਿੰਡਾਂ ਦੀ ਨਹੀਂ ਬਣਾਈ, ਕੋਈ ਸ਼ਹਿਰਾਂ ਦੀ ਨਹੀਂ ਬਣਾਈ। ਇਸੇ ਕਰਕੇ ਤੁਹਾਨੂੰ ਵੀ ਔਰ ਸਾਨੂੰ ਵੀ ਇਕੱਲੇ ਸਾਰਿਆਂ ਨੂੰ ਆਪਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਇਸੇ ਕਰਕੇ ਖੰਨਾ ਰੋਡ ਜਿਹੜੀ ਹੈ ਹੁਣ ਤੱਕ ਬਣੀ ਨਹੀਂ ਹੈ, ਕਿਉਂਕਿ ਜਦ ਕੰਮ ਪੈਂਡਿੰਗ ਹੋ ਜਾਂਦਾ ਇੰਨਾ ਸਾਰਾ, ਉਹਨੂੰ ਕਲੀਅਰ ਕਰਨਾ ਫਿਰ ਹੌਲੀ ਹੌਲੀ ਕਲੀਅਰ ਹੁੰਦਾ। ਸੋ ਮੈਂ ਬੇਨਤੀ ਕਰੂੰਗਾ ਆਪ ਸਭ ਨੂੰ ਔਰ ਆਸ ਕਰੂੰਗਾ ਵੀ ਤੁਸੀਂ ਆਪਣੇ ਆਉਣ ਵਾਲੇ 5 ਸਾਲ ਜਿਹੜੇ ਨੇ ਉਹਨਾਂ ਬਾਰੇ ਜ਼ਰੂਰ ਸੋਚੋ। ਜੋ ਪੁਰਾਣੀਆਂ ਗੱਲਾਂ ਹੁੰਦੀਆਂ ਰਹੀਆਂ ਨੇ ਇਸ ਡੇਰੇ 'ਚ, ਉਸ ਤੋਂ ਪਰਾਂ ਹੋ ਕੇ ਇੱਕ ਸੂਝਵਾਨ, ਹਿੰਮਤੀ, ਮਿਹਨਤੀ ਇੱਕ ਕੈਂਡੀਡੇਟ ਤੁਹਾਨੂੰ ਦਿੱਤਾ ਹੈ, ਜੋ ਆਸ਼ੀਰਵਾਦ ਲੈ ਕੇ ਤੁਹਾਡਾ ਬਾਹਰ ਨਿਕਲਿਆ ਔਰ ਲੰਬੀ ਲੀਡ ਨਾਲ, ਲੰਬੇ ਮਾਰਜਨ ਨਾਲ ਉਹਨੂੰ ਜਿਤਾ ਕੇ ਆਪਾਂ ਭੇਜਾਂਗੇ। ਔਰ ਇਹ ਵੀ ਤੁਹਾਨੂੰ ਕੋਈ ਕਸਰ ਨਹੀਂ ਛੱਡਣਗੇ, ਤੁਹਾਡਾ ਹਰ ਕੰਮ, ਹਰ ਦੁੱਖ 'ਚ, ਹਰ ਸੁੱਖ 'ਚ ਤੁਹਾਡੇ ਸਹਾਈ ਹੋਣਗੇ। ਜਿਹੜੇ ਤੁਹਾਡੇ ਕੰਮ ਪੈਂਡਿੰਗ ਨੇ ਉਹ ਵੀ ਇੱਕ ਇੱਕ ਕਰਕੇ ਪੂਰੇ ਕਰਦੇ ਜਾਣਗੇ। ਸੇਵਾ ਸਿੰਘ ਸਪੋਰਟ 'ਚ ਮੈਂ ਬੇਨਤੀ ਕਰਦਾ ਸਾਰੇ ਸੂਝਵਾਨ ਵੋਟਰਾਂ ਨੂੰ, ਮੁਹੱਲਾ ਵਾਸੀਆਂ ਨੂੰ ਕਿ ਸੇਵਾ ਸਿੰਘ ਜੀ ਵਾਰਡ ਨੰਬਰ 15 ਚੋਂ ਖੜ੍ਹੇ ਨੇ, ਜੋ ਕਿ ਬਹੁਤ ਹੀ ਜੋਸ਼ੀਲੇ ਨੇ, ਬਹੁਤ ਹੀ ਵਧੀਆ ਇਨਸਾਨ ਨੇ, ਸੇਵਾ ਕਰਨ ਲਈ 24 ਘੰਟੇ ਤਿਆਰ ਨੇ ਸੇਵਾ ਸਿੰਘ ਜੀ। ਇਹ ਸਾਡੇ ਬਿਲਕੁਲ ਲੋਕਲ ਨੇ, ਚਾਹੇ ਅੱਧੀ ਰਾਤ ਆਪਾਂ ਇਹਨਾਂ ਕੋਲ ਜਾਈਏ ਜਾਂ ਸਵੇਰੇ ਜਾਂ ਸ਼ਾਮ ਨੂੰ, ਇਹ ਪਿੰਡ ਦੇ ਵਿਕਾਸ ਦਾ ਕੰਮ ਜੋ ਵੀ ਆਪਣਾ ਅਧੂਰਾ ਪਿਆ, ਪਾਣੀ ਦੇ ਸੀਵਰੇਜ ਦਾ,
जां साडे कोई भी कमेटी बनाउणी आ उरे जां भी सेंटर घर बनाउणा वो हर काम ये पूरे जोश नाल करनगे। ते मैं अपने सारे भैन भाइयां वोटरां नूं बेनती आ मेरी कि अपने एक एक वोट एक एक कीमती वोट है थोड़ी, इस वोट नूं सही तरीके नाल वरतो। आने वाली 14 तरीक नूं हथ पंजे ते मोहर ला के सेवा सिंह नूं कामयाब बनाओ ता कि इन्हां दी कामयाबी थोड़ी कामयाबी आ, थोड़े विकास होण दी कामयाबी आ। तुसी अपना विकास कराओ सही तरीके नाले करनगे, बहुत वधिया नेक इंसान ने। इन्नी कहिंदा होया मैं धन्नवाद करदा अपने वल्लों, अपनी पार्टी वल्लों, सेवा सिंह जी वल्लों। थैंक यू।